ਤਾਂ ਸ਼ਿਕੰਦਰ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਦੇਖਦਾ ਵੀ ਹੁਣ ਕਿਹੜਾ ਜਾਫੀ ਕਹਿੰਦੇ ਲਾਗੇ ਜਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰੇਗਾ। ਗੱਲ ਸਮੇਂ ਦੀ ਹੈ, ਸ਼ਿਕੰਦਰ ਦੀ ਪਈ ਹੋਈ ਕਬੱਡੀ ਖੀਰਾ ਵਾਲੀ ਇਹਦੀ ਕੋਸ਼ਿਸ਼ ਤੇ ਸਫਲਤਾ ਕਹਿੰਦੇ ਧਾਵੀ ਦੇ ਕਦਮ ਚੁੰਮ ਰਹੀ ਹੈ ਕਿ ਲੱਥ ਜਾਂਦੀ ਭੁੱਖ ਦੇ ਕੇ ਗੁੰਦੇ ਹੋਏ ਸਰੀਰਾਂ ਨੂੰ ਚੁੰਮਦੀ ਹੈ ਜਿੱਤ ਪੈਰ ਪੈਰ ਆਣ ਕੇ ਖੀਰਾਂ ਨੂੰ ਫੇਟ ਮਾਰਦੇ ਜਿਮਾਂ ਦੇ ਵਿੱਚ ਜਾਗੇ ਤੇ ਹੁਣ ਮਜ਼ਬੂਤ ਅੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਆ ਮੱਲਾਂ ਵੱਡੀਆਂ। ਸ਼ਾਮੀ ਖੀਰਾਂ ਵਾਲੀ ਹੈ, ਉਧਰ ਬਰਿੰਦਰ ਦੌਧਰ ਹੈ, ਸ਼ੇਰਬਾਜ ਸਿੰਘ ਬਾਜਾ ਹੈ, ਮੱਲਣ ਦੀ ਧਰਤੀ ਹੈ, ਵੱਡਾ ਤਜਰਬਾ ਹੈ ਕਹਿੰਦੇ ਕਬੱਡੀ ਦਾ, ਪਰ ਸਾਹਮਣੇ ਵੇਖੋ ਨੌਜਵਾਨ। ਇਸ ਲਈ ਪੁਆਇੰਟ ਸ਼ਾਮੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਸੈਕਿੰਡ ਪ੍ਰਾਈਜ਼ ਅੱਜ ਦੇ ਟੂਰਨਾਮੈਂਟ ਦਾ ਜਗਦੀਪ ਸਿੰਘ ਲੱਭੀ ਪ੍ਰਧਾਨ ਐਮ ਸਪੋਰਟ ਕਬੱਡੀ ਕਲੱਬ ਤੇ ਗੁਰਜੀਤ ਮੰਗਟੋਣਾ ਵੱਲੋਂ ਦਿੱਤਾ ਜਾ ਰਿਹਾ। ਸਾਡਾ ਸ਼ੀਰਾ ਵੀਰ ਪੁੱਜਿਆ ਹੋਇਆ, ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇੰਗਲੈਂਡ ਦੀ ਹੇਜ ਕਬੱਡੀ ਕਲੱਬ ਤੋਂ। ਕਹਿੰਦੇ ਬਲਜਿੰਦਰੇ ਭਿੰਡਰ ਤੇ ਅਜਮੇਰ ਜਲਾਲ ਵੱਲੋਂ ਵੀ ਵੱਡੀ ਰਾਸ਼ੀ ਦਿੱਤੀ ਗਈ ਹੈ। ਬਲਜਿੰਦਰੇ ਭਿੰਡਰਾਂ ਵਾਲੇ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਜੰਬੋ ਦੀ ਕਬੱਡੀ ਤੇ ਸਾਹਮਣੇ ਵੇਖਦਾ ਵੀ ਨੌਜਵਾਨ ਦੀ ਕੋਸ਼ਿਸ਼, ਪਰ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ। ਪੰਜ ਗ੍ਰਾਈਂਡ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਹੋਇਆ। ਜੰਗੀਆਣਾ ਤੇ ਕੌਂਕੇ ਕਲਾਨੀਆਂ ਟੀਮਾਂ ਅਗਲੇ ਮੈਚ ਦੇ ਲਈ ਇਹ ਟੀਮਾਂ ਦੇ ਖਿਡਾਰੀ ਤਿਆਰ ਰਹਿਣਗੇ। ਲਓ ਬਾਰੂ ਨੌਜਵਾਨ ਰੁੜਕੀ ਵਾਲਾ ਤੇ ਸਾਹਮਣੇ ਕਹਿੰਦੇ ਹਰਮਨ ਮੇਰੇ ਵੀਰੋ, ਪੰਜ ਗ੍ਰਾਈ ਦਾ ਜਫਾ ਲਾ ਰਿਹਾ, ਲੱਗਿਆ ਹੋਇਆ ਯੋਰ ਦੋਨੋਂ ਕਬੱਡੀ ਖਿਡਾਰੀਆਂ ਦਾ, ਸਮਾਂ ਪੀਤਾ ਜਾ ਰਿਹਾ ਔਰ ਦੇਖਦਾ ਵੀ ਇਸ਼ਾਰਾ ਕਿਹਦੇ ਹੱਕ ਦੇ ਵਿੱਚ ਹੋਵੇਗਾ। ਗੱਲ ਸਮੇਂ ਦੀ ਹੈ, ਲਓ ਬੱਲੇ ਬੱਲੇ ਹੋ ਗਈ ਮਿੱਤਰੋ। ਇਸ ਵੇਲੇ ਹਰਮਨ ਤੇ ਬਾਰੂ ਦੇ ਦਰਮਿਆਨ ਤੇ ਪੁਆਇੰਟ, ਬਾਰੂ ਵਾਲੇ ਵੀਰ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਕਲੀ ਪਾ ਦੇਵੇ। ਕਲੀ ਵਾਲੇ ਵੀਰ ਨੂੰ ਬੇਨਤੀ ਹੈ ਕਲੀ ਗਰਾਊਂਡ ਦੇ ਵਿੱਚ ਲੈ ਕੇ ਆ ਜਾਵੇ, ਜਿਹੜੇ ਵਲੰਟੀਅਰ ਦੀ ਕਲੀ ਤੇ ਡਿਊਟੀ ਹੈ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਪੰਜ ਗ੍ਰਾਈ ਦੀ ਟੀਮ ਦਾ ਖਿਡਾਰੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ, ਕਲਵੀਰਾ ਛਪਾਰ ਵਾਲਾ, ਨਾਲ ਕਹਿੰਦੇ ਸਿੱਪੀ ਤਾਰੀ ਆਏ ਸਿੱਪੀ ਮੇਰੇ ਵੀਰੋ। ਆਜ਼ਾਦ ਕਬੱਡੀ ਕਲੱਬ ਦੇ ਲਈ ਬੱਲੇ ਬੱਲੇ ਕਰਵਾਈ ਇਸ ਨੌਜਵਾਨ ਨੇ ਕੈਨੇਡਾ ਦੇ ਗਰਾਊਂਡਾਂ ਦੇ ਵਿੱਚ। ਲਓ ਗੱਗੀ ਖੀਰਾਂ ਵਾਲੀ ਹੈ, ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਦੋ ਟਰੈਕਟਰ ਕਹਿੰਦੇ ਵਰਲਡ ਕੱਪ ਦੇ ਵਿੱਚ ਜਿੱਤੇ ਹੈ, ਇੱਕ ਕਹਿੰਦੇ ਰਾਏਕੋਟ ਦੇ ਕੱਪ ਤੇ ਜਿੱਤਿਆ, ਫਤਿਹ ਸਿੰਘ ਪੱਡੇ ਦਾ ਪੁੱਤਰ ਹੈ, ਦੁਨੀਆਂ ਦੇ ਵਿੱਚ ਨਾਮ ਹੈ। ਉਧਰ ਬਰਿੰਦਰ ਕਹਿੰਦੇ ਦੌਧਰ ਵਾਲਾ ਕੁਛ ਇਹ ਕਰਦਾ ਪਰ ਹੱਥ ਨਹੀਂ ਟਿਕਣ ਦਿੰਦਾ। ਖੀਰਾਂ ਵਾਲ ਪਿੰਡ ਦਾ ਗੱਗੀ ਆਪਣੀ ਟੀਮ ਦੇ ਹਿੱਸੇ ਪਾਉਣ ਦਾ ਵਾਅਦਾ ਕਰਦਾ ਹੋਇਆ। ਪ੍ਰਦੀਪ ਟੈਣਾ ਜੀ ਸਾਡੇ ਕਬੱਡੀ 365.com ਦਾ ਕਹਿੰਦੇ ਵੱਡਾ ਨਾਂ ਹੈ ਦੁਨੀਆਂ ਦੇ ਵਿੱਚ, ਲਾਈਵ ਟੈਲੀਕਾਸਟ ਹੋ ਰਿਹਾ, ਪੂਰੀ ਦੁਨੀਆਂ ਦੇਖ ਰਹੀ ਹੈ ਜਲਾਲ ਦੇ ਇਸ ਵੱਡੇ ਮੇਲੇ ਨੂੰ, ਔਰ ਸਾਹਮਣੇ ਸ਼ਿਕੰਦਰ ਦੀ ਰੇਡ, ਕਲਵੀਰਾ ਛਪਾਰ ਵਾਲਾ ਮੇਰੇ ਵੀਰੋ, ਕੋਸ਼ਿਸ਼ ਕੀਤੀ ਹੈ ਪਰ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ। ਪੁਆਇੰਟ ਜਿਹੜਾ ਸ਼ਿਕੰਦਰ ਮਾੜੀ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸ਼ਾਮੀ ਖੀਰਾਂ ਵਾਲੀ ਹੈ, ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਫਿਰ ਮੈਦਾਨ ਦੇ ਵਿੱਚ ਤਿਆਰ ਹੈ। ਸ਼ਾਮੀ ਖੀਰਾਂ ਵਾਲੀ ਹੈ, ਇਸ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਮੰਗੀ ਬੱਗੇ ਪਿੰਡ ਵਾਲੇ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੋ ਅੱਜ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜਿਆ ਇਸ ਟੂਰਨਾਮੈਂਟ ਦੇ। ਸ਼ਾਮੀ ਖੀਰਾਂ ਵਾਲੀ ਹੈ, ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਪੁੱਜੀ ਹੋਈ ਰੱਬ ਰੂਪੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ, ਜਿੱਥੇ ਵੀ ਜਗ੍ਹਾ ਮਿਲ ਰਹੀ ਹੈ ਸੰਗਤ ਆਨੰਦ ਮਾਰ ਰਹੀ ਹੈ ਖੇਡ ਕਬੱਡੀ ਦਾ। ਲਓ ਜੰਬੂ ਪੰਜ ਗ੍ਰਾਈ ਵਾਲਾ ਫਿਰ ਨੌਜਵਾਨ ਧਾਵਾ ਬੋਲਣ ਦੇ ਲਈ ਵਾਧਾ ਹੋਇਆ ਕਿ ਧਾਵੀ ਕਹਿੰਦਾ ਉੱਡ ਉੱਡ ਪਾਊਗਾ ਕਬੱਡੀਆਂ, ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ, ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ। ਇਸ ਲਈ ਜੰਬੂ ਦੀ ਕਬੱਡੀ ਹੈ, ਇਹ ਹੈ ਜੰਬੂ ਪੰਜ ਗ੍ਰਾਈ ਵਾਲਾ ਤੇ ਗੱਗੀ ਖੀਰਾਂ ਵਾਲੀ ਹੈ, ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਇੰਗਲੈਂਡ ਕੈਨੇਡਾ ਅਮਰੀਕਾ ਐਨ ਕਹਿੰਦੇ ਧੁੰਮਾਂ ਨੇ ਆ ਰੇਡਰ ਦੀਆਂ ਮੇਰੇ ਵੀਰੋ, ਖੀਰਾਂ ਵਾਲੀ ਹੈ ਗੱਗੀ ਦੀਆਂ। ਲਓ ਗੱਗੀ ਦੀ ਕਬੱਡੀ ਤੇ ਬਰਿੰਦਰ ਦੌਧਰ ਦੀ ਕੋਸ਼ਿਸ਼, ਵੇਖਦਾ ਮੁਕਾਬਲਾ ਸਖਤ ਹੈ, ਇੱਕ ਪਾਸੇ ਵੱਡੇ ਰਿਕਾਰਡ ਪੈਦਾ ਕਰਨ ਵਾਲਾ ਇਹ ਹੈ ਨੌਜਵਾਨ ਗੱਗੀ ਖੀਰਾਂ ਵਾਲੀ ਹੈ। ਮੇਰੀ ਬੇਨਤੀ ਹੈ ਬਾਈ ਜਾਲ ਨੂੰ ਧੱਕਾ ਨਾ ਲਾਓ, ਹੱਥ ਜੋੜ ਕੇ ਬੇਨਤੀ ਹੈ, ਜਾਲ ਨੂੰ ਪਲੀਜ਼ ਧੱਕਾ ਨਾ ਲਾਓ, ਜਿੱਥੇ ਜਗ੍ਹਾ ਮਿਲਦੀ ਹੈ ਆਨੰਦ ਮਾਣੋ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਵੱਡੀ ਤਾਦਾਦ ਦੇ ਵਿੱਚ ਆਏ ਹੋ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਕੀਤੀ ਹੋਈ ਕੋਸ਼ਿਸ਼ ਮੇਰੇ ਵੀਰੋ, ਖੀਰਾਂ ਵਾਲੀਏ ਦੀ ਬਾਹਰ, ਨੌਜਵਾਨ ਨਹੀਂ ਉਰੀਸਾ ਤੇਰੀਆਂ, ਬਾਹੇ ਗੱਭਰੂ ਹੈ ਨਹੀਂ ਉਰੀਸਾ ਤੇਰੀਆਂ, ਸ਼ੁਰਲੀ ਦੀ ਕੋਸ਼ਿਸ਼ ਤੇ ਕਹਿੰਦੇ ਪੁਆਇੰਟ ਧਾਵੀ ਦਾ ਬਾਰੂ ਰੁੜਕੀ ਵਾਲਾ। ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ, ਬਾਰੂ ਰੁੜਕੀ ਵਾਲੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ। ਜੰਗੀਆਣਾ
ਜੰਗੀ ਆਣਾ ਤੇ ਕਹਿੰਦੇ ਕੌਂਕੇ ਕਲਾਂ ਦਾ ਮੈਚ ਹੋਣਾ ਹੈ ਜੰਗੀ ਆਣੇ ਦੀ ਟੀਮ ਪੁੱਜ ਚੁੱਕੀ ਹੈ ਕੌਂਕੇ ਕਲਾਂ ਦੀ ਟੀਮ ਪੁੱਜ ਜਾਵੇ ਲਓ ਸ਼ੇਰਬਾਜ਼ ਸਿੰਘ ਬਾਜਾ ਪਰ ਪੁਆਇੰਟ ਜਿਹੜਾ ਕਹਿੰਦੇ ਬਾਰੂ ਰੁੜਕੀ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਮਾੜੀ ਦਾ ਸ਼ਿਕੰਦਰ ਸਿੰਘ ਅਗਲੀ ਰੇਡ ਪਾਉਣ ਦੇ ਲਈ ਤਿਆਰ ਹੈ ਕਿ ਦੁਨੀਆ ਜਿੱਤਣ ਆਇਆ ਸ਼ਿਕੰਦਰ ਲੈ ਕੇ ਭਾਰੀ ਫੋਰਸ ਬੜਿਆ ਵਿੱਚ ਪੰਜਾਬ ਦੇ ਟੱਕਰ ਗਿਆ ਜੱਟ ਫੋਰਸ ਲਓ ਸ਼ਿਕੰਦਰ ਰਾਜੇ ਦੀਆਂ ਗੱਲਾਂ ਹੋਈਆਂ ਪਰ ਆਹ ਕਹਿੰਦੇ ਸ਼ਿਕੰਦਰ ਮਾੜੀ ਵਾਲਾ ਕਾਂਜਲੀ ਵਾਲੇ ਦੇ ਜੱਫੇ ਵੀ ਕਹਿੰਦੇ ਦੁਨੀਆ ਨੇ ਐਨ ਸਿਰੇ ਦੇ ਜੱਫੇ ਦੇਖੇ ਹੈ ਸ਼ਾਮੀ ਖੀਰਾਂ ਵਾਲੀ ਹੈ ਭਜੀ ਨੇ ਤਕੜੀ ਕਬੱਡੀ ਖੇਡੀ ਹੈ ਮੇਰੀ ਵੀਰੋ ਖੀਰਾਂ ਵਾਲੀ ਪਿੰਡ ਵੀ ਬੜਾ ਮਸ਼ਹੂਰ ਪਿੰਡ ਹੈ ਸ਼ਾਮੀ ਖੀਰਾਂ ਵਾਲੀ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਲੈ ਵੀ ਹੂਟਰ ਵਾਲਿਆ ਇਹਨੂੰ ਸਹੀ ਤਰੀਕੇ ਨਾਲ ਚਲਾ ਬਾਅਦ ਦੇ ਵਿੱਚ ਕੋਈ ਰੌਲਾ ਨਾ ਪੈ ਜਾਵੇ ਹੂਟਰ ਵਾਲੇ ਨੂੰ ਮੇਰੀ ਬੇਨਤੀ ਹੈ ਕਿੱਥੇ ਹੈ ਹੂਟਰ ਵਾਲਾ ਹੂਟਰ ਵਾਲੇ ਨੂੰ ਬੇਨਤੀ ਹੈ ਵੀ ਸਹੀ ਤਰੀਕੇ ਨਾਲ ਬਾਈ ਏਦਾਂ ਬਾਅਦ ਦੇ ਵਿੱਚ ਰੌਲਾ ਪੈ ਜਾਂਦਾ ਹੈ ਲਓ ਜੰਬੂ ਜੰਬੂ ਦੀ ਕਹਿੰਦੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਣੀ ਜਾ ਰਹੀ ਹੈ ਪੰਜ ਗਰਾਈ ਦਾ ਜੰਬੂ ਇਸ ਵੇਲੇ ਕਬੱਡੀ ਭਾ ਰਿਹਾ ਇੰਦਰ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਮਹਾਨ ਕਬੱਡੀ ਖਿਡਾਰੀ ਕਲਵੀਰਾ ਛਪਾਰ ਵਾਲਾ ਕੋਸ਼ਿਸ਼ ਕਰ ਰਿਹਾ ਲਓ ਸਾਹਮਣੇ ਇਸ ਵੇਲੇ ਕਲਵੀਰੇ ਦਾ ਜੱਫਾ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਲੱਗਿਆ ਪਿਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਇਹ ਹੈ ਛਪਾਰ ਪਿੰਡ ਹੈ ਕਲਵੀਰਾ ਕਹਿੰਦੇ ਤਗੜਾ ਜੱਫਾ ਲੱਗ ਕੇ ਆਪਣੀ ਟੀਮ ਦੇ ਹਿੱਸੇ ਪਾਉਣ ਦਾ ਵਾਅਦਾ ਕਰ ਗਿਆ ਅਗਲੀ ਰੇਡ ਗੱਗੀ ਖੀਰਾਂ ਵਾਲੀਏ ਦੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਹੁਣ ਦੇਖਦਾ ਵੀ ਕੌਣ ਜੱਫਾ ਲਾਉਂਦਾ ਗੱਗੀ ਦੀ ਪਈ ਹੋਈ ਕਬੱਡੀ ਤੇ ਲਓ ਸਾਹਮਣੇ ਰਮਨਾ ਭਗਤੇ ਵਾਲਾ ਕੋਸ਼ਿਸ਼ ਕਰਦਾ ਪਰ ਪੁਆਇੰਟ ਗੱਗੀ ਦਾ ਲਓ ਮੈਚ ਸਮਾਪਤ ਹੈ ਜੋਧਾ ਕੋਠਾ ਗੁਰੂ ਤੇ ਲੈਂਬਰ ਸਿੱਧਵਾਂ ਬੇਟ ਵੱਲੋਂ ਕਲਵੀਰੇ ਛਪਾਰ ਵਾਲੇ ਦੇ ਲਈ ਕਹਿੰਦੇ 1000 ਰੁਪਇਆ ਪੁੱਜਿਆ ਮੈਚ ਸਮਾਪਤ ਆਉਣੇ ਪੰਜ ਗਰਾਈ ਦੇ ਪੁਆਇੰਟ ਨੇ 10 ਤੇ ਖੀਰਾਂ ਵਾਲੀ 15.5 ਹਾਂਜੀ ਅਮਨੇ ਗੱਲ ਸੁਣੀ ਵੀਰੇ ਆਪਣੇ ਕੋਲ ਇਦੋਂ ਆ ਜੇਤੂ ਰੱਖ ਕੇ ਆਪਾਂ ਟੀਮ ਆਪਣੇ ਕੋਲ ਆਪਾਂ ਗਰਾਊਂਡ 'ਚ ਤਾਈਆਂ ਪਾਉਣੀਆਂ ਆਪਾਂ ਸਾਰਿਆਂ ਦੀਆਂ ਠੀਕ ਹੈ ਜੀ ਤੇ ਸਾਰੀਆਂ ਟੀਮਾਂ ਦੇ ਇੱਕ ਇੱਕ ਪਲੇਅਰ ਆ ਜੇ ਨਾ ਨਾ ਆਪਾਂ ਬੱਚੇ ਤੋਂ ਹੀ ਤੁਸੀਂ ਆ ਜਾਓ ਪ੍ਰਬੰਧਕ ਬੱਚੇ ਕਰਾਂਗੇ ਆਪਾਂ ਸਾਰਿਆਂ ਦੇ ਸਾਹਮਣੇ ਆਪਾਂ ਕਿਸੇ ਨਾਲ ਕੋਈ ਪੱਖਪਾਤ ਨਹੀਂ ਜੇ ਜਲਾਲ ਟੀਮ ਆ ਐਵੇਂ ਨਹੀਂ ਹੋਊਗਾ ਮਤਲਬ ਕਿਸੇ ਨਾਲ ਪੱਖਪਾਤ ਹੋਊਗਾ ਆਪਾਂ ਗਰਾਊਂਡ 'ਚ ਬੱਚੇ ਤੋਂ ਟਾਈਆਂ ਸਿਖਾਵਾਂਗੇ ਆਪਾਂ ਉਹ ਪਿੱਥੋਂ ਵਾਲਾ ਆ ਗਿਆ ਕਿੰਨਾ ਕੁ ਪਿਆਰ ਕਰਦੇ ਆ ਤਾੜੀ ਮਾਰ ਕੇ ਦੱਸੋ ਦਰਸ਼ਕ ਵੀਰੋ ਮਾਣ ਹੈ ਜ਼ਿਲ੍ਹੇ ਬਠਿੰਡੇ ਦਾ ਕਿ ਘਰ ਘਰ ਪੁੱਤ ਜੰਮਦੇ ਸ਼ੀਰਾ ਪਿੱਥੋਂ ਨਹੀਂ ਕਿਸੇ ਨੇ ਬਣ ਜਾਣਾ ਇਹ ਨੌਜਵਾਨ ਨੇ ਕਹਿੰਦੇ ਪਿਛਲੇ 20 ਸਾਲਾਂ ਤੋਂ ਇਹਨਾਂ ਕਬੱਡੀ ਦੇ ਮੈਦਾਨਾਂ ਦੇ ਵਿੱਚ ਧਾਕ ਜਮਾਈ ਹੋਈ ਹੈ 57 ਮੋਟਰਸਾਈਕਲ ਜਿੱਤੇ ਹੈ ਇੱਕ ਵੱਡਾ ਨਾਂ ਹੈ ਕਹਿੰਦੇ ਪਿੱਥੋਂ ਵਾਲੇ ਸ਼ੀਰੇ ਦਾ ਐਨ ਪੂਰੀ ਚੜ੍ਹਤ ਹੈ ਨੌਜਵਾਨ ਦੀ ਜੰਗੀ ਆਣੇ ਦਾ ਗੁਰਪ੍ਰੀਤ ਵੀ ਪੁੱਜਿਆ ਮੋਟਾ ਕੌਂਕਿਆਂ ਵਾਲਾ ਵੀ ਆਇਆ ਸ਼ੇਰਾ ਰਾਓ ਵਾਲੀਆ ਵੀ ਆਇਆ ਕਹਿੰਦੇ ਕਲਵਿੰਦਰ ਵੀ ਪੁੱਜਿਆ ਸੰਦੀਪ ਵੀ ਪੁੱਜਿਆ ਜਾਦੂਗਰ ਵੀ ਆਇਆ ਤੇ ਜਗਪਾਲ ਵੀ ਕਹਿੰਦੇ ਪੁੱਜਿਆ ਇਧਰ ਜਗਤਾਰ ਸਿੰਘ ਤਾਰੀ ਘੋਲੀਏ ਵੱਲੋਂ ਗੱਗੀ ਖੀਰਾਂ ਵਾਲੀਏ ਦਾ ਵਿਸ਼ੇਸ਼ ਤੌਰ ਤੇ ਸਨਮਾਨ ਮੇਰੇ ਵੀਰੋ ਕੀਤਾ ਜਾ ਰਿਹਾ ਅਜਮੇਰ ਜਲਾਲ ਹੋਣੀ ਸਾਰੇ ਵੀਰ ਨਾਲ ਨੇ ਦੋ ਟਰੈਕਟਰਾਂ ਦਾ ਜੇਤੂ ਕਹਿੰਦੇ ਅਮਨਾ ਕੌਂਕਿਆਂ ਵਾਲਾ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕਿਆ ਇਹ ਪਹਿਲੇ ਰਾਊਂਡ ਦਾ ਲਾਸਟ ਮੈਚ ਹੈ ਜੇ ਬਾਈ ਖਿਡਾਰੀ ਸਿਰੇ ਦੇ ਹੈ ਤਾਂ ਇੱਕ ਤਾੜੀ ਜ਼ੋਰਦਾਰ ਮਾਰ ਕੇ ਦੱਸ ਦਿਓ ਬਹੁਤ ਬਹੁਤ ਧੰਨਵਾਦ ਬਲਦੇਵ ਸਿੰਘ ਜੀ ਇਹ ਵੀ ਆਪਣੀ ਕਲਾ ਦਾ ਉੱਧਰ ਵੀਰ ਪੁੱਜਿਆ ਉਹਨਾਂ ਨੇ ਵੀ ਕਰਤੱਵ ਕਰਨਾ ਹੈ ਸਾਰਿਆਂ ਦਾ ਧੰਨਵਾਦ ਜਾਲ ਬਾਈ ਜਾਲ ਨੂੰ ਧੱਕਾ ਨਾ ਲਾਓ ਜਾਲ ਵਾਲਿਆ ਜਾਲ ਵਾਲੇ ਨੂੰ ਬੇਨਤੀ ਹੈ ਵੀ ਕਲੀ ਵਾਲੇ ਵੀਰ ਨੂੰ ਅਸੀਂ ਬਹੁਤ ਆਵਾਜ਼ ਦਿੱਤੀ ਹੈ ਉਹ ਸਾਡੇ ਨਾਲ ਸੰਪਰਕ ਕਰਿਆ ਕਿ ਕਲੀ ਵਾਲਾ ਵੀਰ ਜਿਹੜੀ ਕਲੀ ਤੇ ਡਿਊਟੀ ਹੈ ਗਰਾਊਂਡ ਦੇ ਵਿੱਚ ਕਲੀ ਲਾਉਣੀ ਹੈ ਸਾਡੀ ਬੇਨਤੀ ਹੈ ਕਲੀ ਵਾਲੇ ਵਲੰਟੀਅਰ ਨੂੰ
लाओ सिरे का मैच शुरू होने जा रहा है। टाइया पा दो जी, टाइया पा दो। गुरप्रीत जंगी आने वाला भी पुजा है, प्रसिद्ध कबड्डी के सारे स्टार कहते इस इलाके के दुआबे के माझे के कहते सारे स्टार ही पुजे हुए है। असं बहुत बहुत धन्यवाद करते हैं। पा दे भी टाइया, कमेटी वाले पैसे भी देने पैणगे, टाइया ऐ नहीं फ्री च पैंदियां। लो जल्दी ना पा दो मैच, एक मिनट ही बस। काका सोना ते बिल्ला इन्हां कमेटी मैंबरां दा भी बहुत बहुत धन्यवाद है। पाऊ जी पाऊ जी तो प्लीज। पहला मैच जनेतपुरा ते कहिंदे जलाल दीआं टीमां दे दरम्यान खेडिया जाएगा। रोक लो जी एक मिनट, दो सैकेंड। दूसरा मैच कहते सैदोगे ते खीरो वाली दीआं टीमां दे दरम्यान खेडिया जाएगा। तीजा मैच चीमा जोधपुर ते पंडाल दोनों दीआं टीमां दे दरम्यान खेडिया जाएगा। जेतू ते तनौला इहनूं पैसे दिओ, लोगों के पिंड जाके जवाकों को पैसे का जरूर दबा, उन्होंने कमेटी वाले तो इन भी दबा। तारी घोड़िए वालों पिठों वाले के लिए 500 पुजे है। लाओ जंगी वाले की टीम पिंड वाली साइड ते दूसरे पासे कौके कला। हाँ है नौजन किरदी मेरे वीर भाई रूपे वाला जिन्हों स्पीडी भी कहते हैं, भाई रूपा पिंड भी बड़ा मशहूर है मेरे वीरो। बस गुलजार सिंह उन्होंने तगड़ी कबड्डी खेडी है, पर मोटा कौंकिया का जिन्हों मनजिंदर निके ते मोटे तीन नामों के नाम जाना जाता है। लाओ अगली कबड्डी कहते जादूगर, यह है राणी वाली है नरवैर सिंह कोहनी। मठड्या के कप का बैस है कहते नौजन कोहनी राणी वाली है, इसलिए पॉइंट अपनी टीम के हिस्से जोड़ता है। जगपाल धौले वाला अगली कबड्डी पाने के लिए खेल मैदान के वाधा होया मेरे वीर। जगपाल की कबड्डी पैरी है, पिथों वाला शीरा है, दुनिया का महान जाफी है। गल्लां होंदियां कहिंदे एन सत समुंदरां तों पार पिथों वाले शीरे दीआं ते पॉइंट नौजन धावी ने अपनी टीम के हिस्से जोड़ दिता है। अगली रेड राहू वाली है शेरा, सिद्धवा मेड़ का इलाका है, कहते राहू वाल पिंड है, इसलिए शेरा राहू वाली है। कबड्डी पा रहा है, यह भी जीप का जेतू है, अनेक मोटरसाइकिल जीते है। लो संदीप के नाल कहते मुकाबला हो गया, वाइदा होया धक्का दे पॉइंट जंगी वाली की टीम के हिस्से जुड़ता होया। तगड़ा मैच दोनों टीमों के दरम्यान खेडिया जा रहा है। अगली लिस्ट भी रुपिंदर पुजदी कर दे। लो इस वेले नौजवान कबड्डी पाने के लिए किरनी भाई रूपे वाला। बाबा जी बेनती है जी, घोड़ा किसी ने दड़ा ना मारे, गेड़ा लग गया। बहुत बहुत धन्यवाद। ये घोड़े लिया का की मतलब आ मैं दादा, क्योंकि ये जड़ा नगर आ ये 96 करोड़ी बुढ़ा दल दे कहते मुखी रहे साडे बाबा खड़क सिंह जी, उन्हों का यह पिंड आ। इस करके धरती गुरु गोबिंद सिंह जी चरणा की शोभ प्राप्त धरती आ। एक बारी जकारा लावांगे, जकारे की आवाज पूरी उच्ची होनी चाहिए आ। बोले सोनिहा, बहुत बहुत धन्यवाद। कोहनी ते कहने गुरप्रीत भावे जादूगर है, एवं नहीं दुनिया मनती इस नौजवान की खेड को। कितने हरजीत कबड्डी क्लब के लिए कबड्डिया पाई है। जैतों वाला भाओ हसया भी जो असं स्टॉप लाइन के होंगे सोनी के संगीत कल ही कबड्डिया पा देते गल समय दी है मेरे वीरू। सामने जगपाल ने कबड्डी पा दी है, हुण पिथों वाला है नाल अपना कौकिया वाला है, दो ट्रैक्टर का जेतू है सलीम ने कहने मोटा कौकिया वाला। हुण कौन जफा लागे, लाओ वेखना भी मोटा कौकिया वाला कि साडा जिला लुधियाना पहलो कौकिया टिकाणा मोटे का कहने जफा मेरे वीरू। बाबा मैं लगता पंगा ही ले लिया तुम्हें, बंद कर दे हुटर जा। भाई यार बेनती है यार, ठंडा रहे। लाओ शेरे की कबड्डी खेल मैदान पैन जा रही है। उधर संदीप
बल्ले 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 हो जे मैच वधिया लगदा ताड़ी मार दे दर्शक वीरो सिरे दा मैच इसलिए खेड मैदान दे विच हुण जा रहा है दुनिया देख रही है कोठियां ते खड़ के आनंद लै रहे हैं साडे वीर ਜਲਾਲ ਦਾ ਮੇਲਾ ਉਧਰ ਨਿੰਮਾ ਦੇ ਕਹਿੰਦੇ ਦਰਖਤਾਂ ਨੂੰ ਬੰਦੇ ਲਾਗੇ ਜਲਾਲ ਦੇ ਵਿੱਚ ਇਧਰ ਨੌਜਵਾਨ ਸੁਖਵੰਦਰ ਦੀ ਕਬੱਡੀ ਤੇ ਕਹਿੰਦੇ ਅਮਨਾ ਕੌਂਕਿਆਂ ਵਾਲਾ ਦੋ ਟਰੈਕਟਰ ਜਿੱਤੇ ਆ ਕਹਿੰਦੇ ਇਸ ਨੌਜਵਾਨ ਨੇ ਇੱਕ ਠਾਲੇ ਦੇ ਵਿੱਚ ਪ੍ਰਦੀਪ ਭਲਵਾਨ ਪੁੱਜਿਆ ਹੋਇਆ ਇੱਕ ਲੋਹਾਰੇ ਦੀ ਧਰਤੀ ਤੇ ਫਕਰ ਬਾਬਾ ਦਾਮੂ ਸ਼ਾਹ ਕਬੱਡੀ ਕੱਪ ਤੇ ਟਰੈਕਟਰ ਦਾ ਜੇਤੂ ਬਣਿਆ ਆਏ ਜਾਦੂਗਰ ਰਾਣੀ ਵਾਲੀ ਹੈ ਘੋਡੀ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਵੱਡਾ ਤਜਰਬਾ ਹੈ ਇਸ ਖਿਡਾਰੀ ਨੂੰ ਲਓ ਧੋਨੀ ਦੀ ਰੇੜ ਗੁਰਪ੍ਰੀਤ ਜੰਗੀ ਆਣੇ ਵਾਲੇ ਦਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਜੱਫਾ ਲੱਗ ਰਿਹਾ ਸਿਰੇ ਦਾ ਮੈਚ ਹੈ ਐਨ ਸਿਰੇ ਦੀ ਕਬੱਡੀ ਲਓ ਇੱਧਰ ਨੌਜਵਾਨ ਕਹਿੰਦੇ ਕਿਰਨੀ ਦੀ ਕਬੱਡੀ ਪੈ ਰਹੀ ਹੈ ਉਧਰ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਸੰਦੀਪ ਲੱਲੀਆਂ ਤੇ ਨਾਲ ਕਹਿੰਦੇ ਇੰਗਲੈਂਡ ਤੋਂ ਸੰਦੀਪ ਨੰਗਲਮੀਆਂ ਤੇ ਵੈਨਕੂਵਰ ਤੋਂ ਪਾਲਾ ਜਲਾਲਪੁਰੀਆਂ ਮੇਰੇ ਵੀਰੋ ਉਹ ਵੀ ਇਹਨਾਂ ਮੈਚਾਂ ਦਾ ਲਾਈਵ ਆਨੰਦ ਮਾਣ ਰਹੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬੱਗੇ ਪਿੰਡ ਦੇ ਮੰਗੀ ਦਾ ਕਬੱਡੀ ਦੇ ਕਿੰਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜਾ ਹੋਇਆ ਲਓ ਸਾਹਮਣੇ ਇਸ ਵੇਲੇ ਸੰਦੀਪ ਤੇ ਸ਼ੇਰੇ ਦੇ ਦਰਮਿਆਨ ਪੰਗਾ ਪੈ ਗਿਆ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਦੇਖਦੇ ਖੇਡ ਮੈਦਾਨ ਦੇ ਲਾਗੇ ਖੜ ਕੇ ਪੁਆਇੰਟ ਸ਼ੇਰੇ ਦਾ ਜਲਾਲ ਪਿੰਡ ਦਾ ਕਬੱਡੀ ਕੱਪ ਕਹਿੰਦੇ ਇਸ ਵੇਲੇ ਪੂਰੇ ਭਰ ਜੋਬਨ ਤੇ ਹੈ ਅਗਲਾ ਮੈਚ ਸ਼ਰਮਾ ਜੀ ਅਨਾਉਂਸ ਕਰ ਦਿਓ ਕਿਹੜੀਆਂ ਟੀਮਾਂ ਦਾ ਸਾਡੇ ਸੋਨੇ ਉਹਨਾਂ ਨੂੰ ਬੇਨਤੀ ਹੈ ਜਨੇਤਪੁਰਾ ਤੇ ਜਲਾਲ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ ਆਹ ਮੈਚ ਵੀ ਸਿਰੇ ਦਾ ਖੇਡਿਆ ਜਾ ਰਿਹਾ ਇਸ ਵੇਲੇ ਜਗਪਾਲ ਦੀ ਕਬੱਡੀ ਪੈ ਰਹੀ ਹੈ ਮੇਰੇ ਵੀਰੋ ਇਹ ਹੈ ਨੌਜਵਾਨ ਜਗਪਾਲ ਧੌਲੇ ਵਾਲਾ ਅਮਨਾ ਕੌਂਕਿਆਂ ਦਾ ਕੋਸ਼ਿਸ਼ ਕਰਦਾ ਮੇਰੇ ਵੀਰੋ ਪੁਆਇੰਟ ਇਸ ਲਈ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੇ ਮੈਚ ਦੀਆਂ ਟੀਮਾਂ ਜਨੇਤਪੁਰਾ ਤੇ ਜਲਾਲ ਚੀਮਾ ਜੋਧਪੁਰ ਤੇ ਪੰਡਾਲ ਦੋਨਾਂ ਸੈਦੋ ਕੇ ਤੇ ਖੀਰਾ ਵਾਲੀ ਜਲਾਲ ਦੇ ਜੋ ਇਸ ਕਬੱਡੀ ਕੱਪ ਦੇ ਸਾਰੇ ਪਲੇਅਰ ਪਹੁੰਚੇ ਆ ਤੇ ਕ੍ਰੈਡਿਟ ਰਪਿੰਦਰ ਜਲਾਲ ਨੂੰ ਜਾਂਦਾ ਜਿਹਨੇ ਮੇਰੇ ਭਰਾ ਨੇ ਬਹੁਤ ਵੱਡਾ ਉਪਰਾਲਾ ਕੀਤਾ ਉਹਦਾ ਅਸੀਂ ਸਾਰੇ ਆਪਣੇ ਕਮੇਟੀ ਵੱਲੋਂ ਥੈਂਕ ਯੂ ਕਰਦੇ ਹਾਂ ਰਪਿੰਦਰ ਜਲਾਲ ਦਾ ਧੰਨਵਾਦ ਸੰਤ ਬਾਬਾ ਬਲਦੇਵ ਸਿੰਘ ਜੀ ਗੁਰਦੁਆਰਾ ਰਾਮਸਰ ਸਾਹਿਬ ਵਾਲੇ ਵੀ ਸਾਡੇ ਦਰਮਿਆਨ ਪੁੱਜਣ ਵਾਲੇ ਹੈ ਸਾਡੀ ਬੇਨਤੀ ਹੈ ਕਿ ਗੇਟ ਨੂੰ ਸਾਫ਼ ਰੱਖੋ ਥੋੜੇ ਸਮੇਂ ਬਾਅਦ ਸੰਤ ਬਾਬਾ ਬਲਦੇਵ ਸਿੰਘ ਜੀ ਗੁਰਦੁਆਰਾ ਆਰਾਮਸਰ ਸਾਹਿਬ ਵਾਲੇ ਸਾਡੇ ਦਰਮਿਆਨ ਆਸ਼ੀਰਵਾਦ ਦੇਣ ਦੇ ਲਈ ਪਹੁੰਚਣ ਜਾ ਰਹੇ ਹੈ ਸਾਡੀ ਬੇਨਤੀ ਹੈ ਵੀ ਗੇਟ ਨੂੰ ਬਿਲਕੁਲ ਸਾਫ਼ ਰੱਖੋ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਲਓ ਕਿਰਨੀ ਦੀ ਕਬੱਡੀ ਤੇ ਕਹਿੰਦੇ ਪਿੱਠੋ ਵਾਲਾ ਸ਼ੀਰਾ ਮੇਰੇ ਵੀਰੋ ਪੂਰੀ ਕੋਸ਼ਿਸ਼ ਕਰ ਰਿਹਾ ਕਿ ਪਿੱਠੋ ਵਾਲਾ ਸ਼ੀਰਾ ਅੜੀਏ ਬੜਾ ਸਟਾਪਰ ਭੈੜਾ ਇੱਕ ਵਾਰੀ ਜੇ ਪੈ ਦੇ ਪਿੱਛੇ ਮੁੜ ਨਹੀਂ ਛੱਡਦਾ ਖਿਹੜਾ ਪਿੱਠੋ ਵਾਲੀ ਦਾ ਕਹਿੰਦੇ ਜੱਫਾ ਹੈ ਅਗਲੀ ਰੇਡ ਲੈ ਵੀ ਗੱਜਰ ਵਾਲੀ ਆ ਲਾ ਦੇ ਚੱਕਰ ਉਧਰ ਦਿਲਬਾਗ ਬਰਾੜ ਵੀ ਸਾਡਾ ਵੀਰ ਪੁੱਜਿਆ ਹੋਇਆ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਵਾਈਫਾਈ ਤੋਂ ਡਾਕਟਰ ਬਲਜਿੰਦਰ ਜੀ ਉਹਨਾਂ ਦੀ ਸਮੁੱਚੀ ਟੀਮ ਤੇ ਜਿੰਦ ਜਾਨ ਤੋਂ ਸੁੱਖੇ ਜੈਲਦਾਰ ਹੋਣੀ ਸਾਡੇ ਵੀਰ ਪੁੱਜੇ ਹੋਏ ਆ ਕਬੱਡੀ 365.com ਦਾ ਹੈਪੀ ਸਿੱਧੂ ਦਾ ਕਹਿੰਦੇ ਵੱਡਾ ਯੋਗਦਾਨ ਹੈ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਇਹਨਾਂ ਦੀ ਪੂਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਗਪਾਲ ਦੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪੈਣ ਜਾ ਰਹੀ ਹੈ ਇਸ ਲਈ ਪਈ ਹੋਈ ਰੇਡ ਨੌਜਵਾਨ ਜਗਪਾਲ ਮੇਰੇ ਵੀਰੋ ਹੱਥ ਕੱਟਿਆ ਹੋਇਆ ਪਰ ਹੌਸਲਾ ਨਹੀਂ ਹਾਰਿਆ ਮੇਰੇ ਵੀਰੋ ਕਬੱਡੀ ਪੈ ਰਹੀ ਹੈ ਨੌਜਵਾਨ ਦੀ ਹੁਣ ਚਾਰ ਜਾਫੀ ਤਿੰਨ ਕੌਂਕੇ ਕਲਾਂਦੇ ਹੈ ਇੱਕ ਪਿੱਠੋ ਵਾਲਾ ਸ਼ੀਰਾ ਦੁਨੀਆ ਦਾ ਮਹਾਨ ਹੈ ਲਓ ਸਾਹਮਣੇ ਜਗਪਾਲ ਦੀ ਮੇਰੇ ਵੀਰੋ ਕਬੱਡੀ ਹੈ ਧੌਲਾ ਪਿੰਡ ਹੈ ਅਮਨਾ ਕੌਂਕਿਆਂ ਵਾਲਾ ਪੂਰੀ ਕੋਸ਼ਿਸ਼ ਕਰੂ ਹੁਣ ਨੌਜਵਾਨ ਜੱਫਾ ਲਾਉਣ ਦੀ ਤੇ ਜਗਪਾਲ ਪੁਆਇੰਟ ਪ੍ਰਾਪਤ ਕਰਨ ਦੀ ਲਓ ਜਗਪਾਲ ਲਈ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਕਬੱਡੀ ਪਾਉਣ ਦੇ ਲਈ ਧੋਨੀ ਰਾਣੀ ਵਾਲੀ ਹੈ ਰਾਣੀ ਵਾਲ ਪਿੰਡ ਦਾ ਕਹਿੰਦੇ ਇਸੇ ਲਈ ਧੋਨੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਉਧਰ ਸੰਦੀਪ ਦੇ ਨਾਲ ਫਿਰ ਮੁਕਾਬਲਾ ਤੇ ਪੁਆਇੰਟ ਧੋਨੀ ਰਾਣੀ ਵਾਲੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਸਿਰੇ ਦਾ ਮੈਚ ਹੈ ਟੌਪ ਦੀ ਕਬੱਡੀ ਹੈ ਜਲਾਲ ਦੇ ਕਬੱਡੀ ਕੱਪ ਤੇ ਤੁਸੀਂ ਆਨੰਦ ਮਾਰ ਰਹੇ ਹੋ ਸੁਖਮੰਦਰ ਜੰਗੀਆਂ ਨੇ ਪਿੰਡ ਦਾ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਵਾਧਾ ਹੋਇਆ ਸੁਖਮੰਦਰ ਜੰਗੀਆਂ ਵਾਲੇ ਦੀ ਕਬੱਡੀ ਸਲੀਮ ਕੌਂਕਿਆਂ ਦਾ ਪੂਰੀ ਕੋਸ਼ਿਸ਼ ਕਰ ਰਿਹਾ ਜੱਫਾ ਲਾਉਣ ਦੀ ਲਓ ਸਲੀਮ
ਕਿਉਂਕਿ ਪਿੰਡ ਦਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਰਦਾ ਹੋਇਆ ਕੋਸ਼ਿਸ਼ ਲੱਗਿਆ ਪਿਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਸਲੀਮ ਕੌਂਕਿਆਂ ਵਾਲੇ ਨੇ ਕਹਿੰਦੇ ਤਕੜਾ ਜੱਫਾ ਲੱਗੀ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਦਿੱਤਾ ਸ਼ੇਰਾ ਰਾਹੂ ਵਾਲੀ ਆ ਅਗਲੀ ਰੇਡ ਪਾਉਣ ਦੇ ਲਈ ਫਿਰ ਨੌਜਵਾਨ ਵਾਧਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਜਲਾਲ ਤੇ ਜਨੇਤਪੁਰਾ ਇਹ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ ਪ੍ਰਗਟ ਸਿੰਘ ਜੀ ਰਾਮਾ ਜਗਦੀਸ਼ ਸਿੰਘ ਜੀ ਪੱਪੂ ਫਸਟ ਪ੍ਰਾਈਜ਼ ਜਿਹੜਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਤੇ ਲੱਭੀ ਨੰਗਲ ਗੁਰਜੀਤ ਮੰਗਟ ਉਹਨਾਂ ਵੱਲੋਂ ਸੈਕਿੰਡ ਪ੍ਰਾਈਜ਼ ਹੈ ਬਹੁਤ ਬਹੁਤ ਧੰਨਵਾਦ ਆਹ ਮੈਚ ਤੋਂ ਬਾਅਦ ਆਪਾਂ ਸਾਰਾ ਇਸ਼ਤਿਹਾਰ ਬੋਲ ਦੇਵਾਂਗੇ ਲਓ ਮੋਟਾ ਮਨਜਿੰਦਰ ਸਿੰਘ ਤੇ ਨੌਜਵਾਨ ਕਿਰਨੀ ਮੇਰੇ ਵੀਰੋ ਜਿਹੜੇ ਕਿਰਨੀ ਦੀ ਖੇਡ ਨੂੰ ਪਿਆਰ ਕਰਦੇ ਆ ਤਾੜੀ ਮਾਰਨਗੇ ਮੇਰੇ ਵੀਰੋ ਇਸ ਇਲਾਕੇ ਦਾ ਮਸ਼ਹੂਰ ਧਾਵੀ ਹੈ ਨੌਜਵਾਨ ਤੇ ਯਾਦੂਗਰ ਕਹਿੰਦੇ ਇਸ ਲਈ ਅਗਲੀ ਰੇਡ ਧੋਨੀ ਦੀ ਵੱਡਾ ਤਜਰਬਾ ਕਬੱਡੀ ਦਾ ਮੇਰੇ ਵੀਰੋ ਰਾਣੀ ਵਾਲੀ ਹੈ ਧੋਨੀ ਇਸ ਲਈ ਪੁਆਇੰਟ ਆਪਣੀ ਟੀਮ ਦੇ ਇਸ ਜੋੜਦਾ ਹੋਇਆ ਅਗਲੀ ਕਬੱਡੀ ਜਗਪਾਲ ਧੌਲੇ ਵਾਲਾ ਕਿ ਵਿੱਚੋਂ ਭਲਵਾਨ ਜੀ ਬਾਈ ਜੀ ਥੱਲੇ ਆ ਜਾਓ ਅਸੀਂ ਇਹਨਾਂ ਤੋਂ ਪਹਿਲਾਂ ਹੀ ਬਹੁਤ ਲੈ ਚੁੱਕੇ ਹਾਂ ਲਾ ਇਸ ਲਈ ਕਹਿੰਦੇ ਜਗਪਾਲ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਮਹਿੰਗਾਈ ਦਾ ਦੌਰ ਆ ਇਹਨਾਂ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਸੇ ਨੇ 5100 ਦਿੱਤਾ ਕਿਸੇ ਨੇ 11000 ਦਿੱਤਾ ਕਿਸੇ ਨੇ 21000 ਦਿੱਤਾ ਬੇਨਤੀ ਆ ਇਹਨਾਂ ਨੇ ਕਬੱਡੀ ਨੂੰ ਦਿੱਤੇ ਆ ਪੈਸੇ ਲਾ ਲਓ ਯਾਰ ਥੱਲੇ ਉਹ ਲਾਉਂਦੇ ਕਦੇ ਨੀ ਤੁਸੀਂ ਲਾ ਨੌਜਵਾਨ ਘੂਨੀ ਬਾਬਾ ਥੱਲੇ ਆ ਸਾਡਾ ਰੂਲ ਹੀ ਨਹੀਂ ਇਹ ਨਹੀਂ ਇਹ ਨਹੀਂ ਗੱਲ ਚੱਲਣੀ ਇੱਥੇ 10 ਹੋਰ ਆ ਜਾਣਗੇ ਕਿਹਨੂੰ ਕਿਹਨੂੰ ਦੇਈ ਜਾਓਗੇ ਲਓ ਸਾਹਮਣੇ ਇਸ ਵੇਲੇ ਕਹਿੰਦੇ ਨੌਜਵਾਨ ਘੂਨੀ ਐਨ ਰਾਣੀ ਵਾਲੀ ਇਹਨੇ ਪੁਆਇੰਟ ਆਪਣੀ ਟੀਮ ਦੇ ਉੱਤੇ ਜੋੜ ਦਿੱਤਾ ਹੈ ਅਗਲੇ ਮੈਚ ਦੀਆਂ ਟੀਮਾਂ ਜਲਾਲ ਤੇ ਜਨੇਤਪੁਰਾ ਇਹ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਜਲਾਲ ਤੇ ਜਨੇਤਪੁਰੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਨਾਲ ਟੀਮਾਂ ਪਹੁੰਚ ਜਾਣਗੀਆਂ ਅਮਨਾ ਕੌਂਕਿਆਂ ਵਾਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਲਈ ਲਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਹੈ ਅਮਨਾ ਕੌਂਕਿਆਂ ਵਾਲਾ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸ਼ੇਰਾ ਰਾਹੂ ਵਾਲੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਧਾ ਹੋਇਆ ਰਾਹੂ ਵਾਲ ਪਿੰਡ ਹੈ ਸ਼ੇਰੇ ਦੀ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਸ਼ੇਰੇ ਦੀ ਪਈ ਹੋਈ ਰੇਡ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਜਾਫੀ ਲਾਊ ਜੱਫਾ ਜੰਗੀ ਵਾਲੇ ਦਾ ਗੁਰਪ੍ਰੀਤ 365 ਵਾਲਿਆਂ ਨੂੰ ਮੇਰੀ ਬੇਨਤੀ ਹੈ ਹੈਲੋ ਸਾਡੇ ਦਰਮਿਆਨ ਸੱਚਖੰਡ ਵਾਸੀ ਸੰਤ ਬਾਬਾ ਅਮਰੀਕ ਸਿੰਘ ਜੀ ਉਹਨਾਂ ਤੋਂ ਬਰਸੋਏ ਸੰਤ ਬਾਬਾ ਬਲਦੇਵ ਸਿੰਘ ਜੀ ਗੁਰਦੁਆਰਾ ਆਰਾਮਸਰ ਸਾਹਿਬ ਪਾਤਸ਼ਾਹੀ ਦਸਵੀਂ ਸਾਡੇ ਦਰਮਿਆਨ ਆਸ਼ੀਰਵਾਦ ਦੇਣ ਦੇ ਲਈ ਪੁੱਜ ਚੁੱਕੇ ਹੈ ਅਸੀਂ ਉਹਨਾਂ ਦਾ ਸਾਡੇ ਨਗਰ ਦੀ ਪੰਚਾਇਤ ਪਤਵੰਤ ਤੇ ਸੱਜਣਾ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਤੋਂ ਲੈ ਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਬਹੁਤ ਵੱਡੀ ਦੇਣ ਹੈ ਸੰਤ ਬਾਬਾ ਬਲਦੇਵ ਸਿੰਘ ਜੀ ਗੁਰਦੁਆਰਾ ਆਰਾਮਸਰ ਸਾਹਿਬ ਪਾਤਸ਼ਾਹੀ ਦਸਵੀਂ ਸਾਡੇ ਦਰਮਿਆਨ ਉਚੇਚੇ ਤੌਰ ਤੇ ਪੁੱਜੇ ਹੈ ਅਸੀਂ ਉਹਨਾਂ ਦੇ ਇੱਥੇ ਪੁੱਜਣ ਤੇ ਸਾਡੇ ਨਗਰ ਦੀ ਪੰਚਾਇਤ ਪਤਵੰਤ ਤੇ ਸੱਜਣਾ ਵੱਲੋਂ ਧੰਨਵਾਦ ਕਰਦੇ ਹਾਂ ਜੀ ਉਹ ਆਖਦੇ ਹਾਂ ਜੰਗੀ ਵਾਲੇ ਦਾ ਜੋ ਸਕੋਰ ਹੈ ਇਸ ਮੈਚ ਦੇ ਵਿੱਚ 11 ਪੁਆਇੰਟ ਨੇ ਤੇ ਕੌਂਕਿਆਂ ਦੇ ਪੁਆਇੰਟ 15.5 ਕੌਂਕਿਆਂ ਦੀ ਟੀਮ ਜੇਤੂ ਰਹੀ ਹੈ ਬਾਬਾ ਜੀ ਜਿਨ੍ਹਾਂ ਵੱਲੋਂ ਲੰਗਰ ਦੀ ਵੱਡੀ ਸੇਵਾ ਰਾਮਸਰ ਵਾਲੇ ਬਾਬਾ ਜੀ ਬਲਦੇਵ ਸਿੰਘ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਤੇ ਹੁਣ ਸੰਤ ਮਹਾਂਪੁਰਸ਼ ਬਾਬਾ ਬਲਦੇਵ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਏ ਹੋ ਕੱਲ੍ਹ ਵੀ ਹਾਜ਼ਰੀ ਦਿੱਤੀ ਤੇ ਅੱਜ ਵੀ ਬਾਬਾ ਜੀ ਨੇ ਸਾਨੂੰ ਟਾਈਮ ਕਿਹਾ ਸੀ 4 ਵਜੇ ਦਾ ਚਲੋ ਕੋਈ ਗੱਲ ਨਹੀਂ ਸੰਗਤ ਬਹੁਤ ਹੁੰਦੀ ਹੈ ਮਿਲਣ ਵਾਲੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਾਬਾ ਬਲਦੇਵ ਸਿੰਘ ਜੀ ਹਰਪਿੰਦਰ ਸੱਤੂ ਦਾ ਆਪਾਂ ਚੱਕਰ ਲਵਾਉਣਾ ਸੱਤੂ ਗਿਲਜੇ ਵਾਲੀਏ ਦਾ ਸੱਤੂ ਗਿਲਜੇ ਵਾਲੀਏ ਦਾ ਬਾਬਾ ਬਲਦੇਵ ਸਿੰਘ ਜੀ ਦਾ ਇੱਕ ਵਾਰ ਫਿਰ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਹਰ ਚੱਲ ਤੂੰ ਬਾਹਰ ਅਗਲੇ ਮੈਚ ਦੀਆਂ ਟੀਮਾਂ ਜਲਾਲ ਤੇ ਜਨੇਤਪੁਰਾ ਚੱਲ ਚੱਲ
हट्टा कट्टा हैगा जेड़ा बंदा बई जिदे कोई अंग पैर घट ओ बंदा इत्थे आके लोकां च मंगदा चंगा लगदा पानी वाले एक मिनट जेड़े बंदे दे सारे अंग सलामत आ उहनूं बई काम करना चाहीदा कि नहीं इत्थे आके लोकां ने मूहरे हथ मंगी जाने कोई गल है यार ये जनेतपुरा ते जलाल ग्राउंड ते आ जी सत्तू गिलजे वाली दा चरपिंदर चक्कर लवाउणा है ਉਹ ਮੇਰੀ ਬੇਨਤੀ ਹੈ ਜਿਸ ਖਿਡਾਰੀ ਦੇ ਗੋਡੇ ਤੇ ਸੱਟ ਲੱਗੀ ਆਪਰੇਸ਼ਨ ਹੋਇਆ ਹੈ ਗਰੀਬ ਪਰਿਵਾਰ ਦਾ ਇਹ ਖਿਡਾਰੀ ਹੈ ਸ਼ਾਹਕੋਟ ਦੀ ਟੀਮ ਵੱਲੋਂ ਸੰਦੀਪ ਉਹਨਾਂ ਨੇ ਇੰਦਰਪਾਲ ਅੱਜ 21 ਯਾਰ ਦੇ ਨਾਲ ਪਾਲੇ ਉਹਨਾਂ ਵੱਲੋਂ ਸਨਮਾਨ ਕੀਤਾ ਗਿਆ ਹੈ ਇਸ ਖਿਡਾਰੀ ਦਾ ਸ਼ਾਹਕੋਟ ਦੀ ਟੀਮ ਵੱਲੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮੇਰੀ ਹੋਰ ਬੇਨਤੀ ਹੈ ਸਾਰੇ ਵੀਰਾਂ ਨੂੰ ਵੀ ਇਹਦਾ ਆਪਾਂ ਵੱਧ ਤੋਂ ਵੱਧ ਸਨਮਾਨ ਕਰਨਾ ਮੇਰੀ ਬੇਨਤੀ ਹੈ ਕਮੇਟੀ ਵਾਲੇ सारे वीर होंगे सारे वीर बेनती है इस खिडारी की आप जरूर मदद करनी है हेलो दर्शक वीरों कबड्डी वाले जेडे होंगे कोई टाटे विरले के घरे का जमया नहीं होंगे आ मुंडा मुक्तसर जिले के गिलजे वाले पिंड का बहुत ही गरीब परिवार का नौजवान है ये बंदे को पैसे भी है नहीं सी ऑपरेशन कराने इन्हें बेचारे ने फड़ तड़ के जेडे पैसे अपना ऑपरेशन करवाया 21 ਯਾਰ ਨਾਲ ਪਹਿਲਾਂ ਸ਼ਾਹਕੋਟੀਆਂ ਨੇ ਮਦਦ ਕੀਤੀ ਆ ਦੀ ਔਰ ਮੈਂ ਬੇਨਤੀ ਕਰਦਾ ਹਾਂ ਗੇੜਾ ਲਾ ਰਿਹਾ 5 10 100 50 ਮੇਰੀ ਕਮੇਟੀ ਵਾਲਿਆਂ ਨੂੰ ਬੇਨਤੀ ਹੈ ਵੀ ਸਾਰੇ ਨਾਲ ਹੋਣਗੇ ਹਾਂਜੀ ਹੁੰਦੇ ਹੋ ਗੁਰਪ੍ਰੀਤ ਆਜੋ ਸਿੰਘ ਸਟੂਡੀਓ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਨੇਤਪੁਰਾ ਦੇ ਜਲਾਲ ਇਹ ਟੀਮਾਂ ਆ ਜਾਣ अमना लोपो ते कबड्डी 365.com ते साडे वल्लों 2100 रुपया गिलजे वालीए इहनू सत्तू नू आया जी ते बाकी सारी संगत नू बेनती है भी आपां इहदी हैल्प करिए मेरे वीरो आओ जी आयो भाई तुरपो यार आपां गेड़ा लाउणा मेरी सारे वीरां नू बेनती है भी आपां जरूर मदद करनी है उधर साडे बाई जी उहनां वल्लों भी योगदान सारिआं नूं बेनती है भी जरूर इस खिडारी की आपां मदद करनी है 10, 50, 100, 500, 1100 रुपया केवल कृष्ण शर्मा जी मास्टर जी वो इस खिडारी दे लई पहुंचदा करदे आ भी तां कि वह खुराक खा के दुबारे फिर इन्हां खेड मैदानां दे विच वधिया तौर ते खेड सके भाई 5, 10, 100, 50 नाल आपां नूं कोई फर्क नहीं पैणा पर इह गरीब परिवार का नौजवान फिर इन्हां ग्राउंडां दा शिंगार बणू थोड़े करके ये स्टार बणदे आ ये प्लेयर तो तुरिया नहीं जाता सत्तू बैठ जा कई बार कोई ज्यादा प्रॉब्लम ना आ जाए ऑपरेशन नवा होया वा बैठ जा प्लीज हजे मैच ना शुरू करवायो आप पैसे इकट्ठे कर लीए फिर करवावे सारे मदद करो जी बहुत मेहरबानी बाबा जी बाबा बलदेव सिंह जी गुरद्वारा पातशाही दसवीं आरामसर सचखंड वासी बाबा अमरीक सिंह जी शरीरक तौर पर साडे विच नहीं और उन्होंने बहुत बड़े आशीर्वाद और उन्होंने भरोसाए हुए मुख सेवादार संत बाबा बलदेव सिंह जी ते नाल ही ब्रह्मलीन संत बाबा करनैल दास जी अते श्री ब्रह्मनी जी विवेक चैरिटेबल ट्रस्ट दोनों महापुरशां दा साडे इस कबड्डी कप नूं करवाउण दे लई बहुत वड्डा योगदान बहुत वड्डा आशीर्वाद महापुरशां दा आशीर्वाद ही काफी हुंदा है पर इन्हां ने माया दे रूप दे विच भी दो दिन लंगर जिहड़ा अटुट चलिया महापुरशां दा इस वार फिर तो धन्यवाद करते हैं एवरसवर्ड इंटरनेशनल कबड्डी क्लब कनेडा उन्होंने वालों 31,000 रुपया सत्तू के लिए 11,000 रुपया कले खुशी दुग्गा वाले वालों जिहड़ा सत्तू के इलाज के लिए आया बहुत बहुत धन्यवाद असी सारिआं दा बहुत बहुत धन्यवाद करते हैं जिन्होंने इस खिडारी की मदद की है कदों जदों खिडारी तकड़ा हुंदा उह तां बहुत पैसे हो जाते हैं पर जदों सट फेट लगती है माड़ा टाइम आउंदा जिहड़े उदों मदद करते हैं उन्हां दा जिहड़ा कीता हुआ दान उह सफल हुंदा है मैं सारी संगत दा जिहड़ी माया की राशि दे रही है सारी संगत का बहुत बहुत धन्यवाद करदा है सच्चे पातशाह तुहाडे सारिआं ते कृपा रखे लाओ जनेतपुरा ते जलाल दा मैच
ਜਦੋਂ ਇਹ ਚੱਕਰ ਪੂਰਾ ਹੋ ਗਿਆ ਉਹਦੀ ਮੈਚ ਸ਼ੁਰੂ ਕਰ ਦਿਓ ਜੀ। ਮੇਰੀ ਬੇਨਤੀ ਹੈ ਜਿੱਥੋਂ ਦੀ ਸਾਡੇ ਵੀਰ ਆ ਰਹੇ ਆ ਮਦਦ ਸਾਰਿਆਂ ਨੇ ਜ਼ਰੂਰ ਕਰਨੀ ਹੈ। ₹2100 ਰੁਪਇਆ ਕਬੱਡੀ 365 ਸੰਘੇੜਾ ਸਾਹਿਬ ਕੁਲਵਿੰਦਰ ਜੀ ਤੇ ਨਾਲ ਸ਼ੀਰਾ ਜੀ। ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਹੈ। ਅਗਲੇ ਮੈਚ ਦੀਆਂ ਟੀਮਾਂ ਚੀਮਾ ਜੋਧਪੁਰ ਤੇ ਪੰਡਾਲ ਦੋਨਾ ਇਹ ਟੀਮਾਂ ਤਿਆਰ ਰਹਿਣ ਚੀਮਾ ਜੋਧਪੁਰ ਤੇ ਪੰਡਾਲ ਦੋਨਾ। ਹੈਲੋ ਵੀਰੇ ਪਾਣੀ ਯਾਰ ਬੰਦ ਕਰ ਦਿਓ ਟੈਂਕੀ ਯਾਰ ਉੱਤਰ ਕੇ ਕੀ ਜਾਣਾ ਉਹ ਗੇਟ ਬਾਲ ਟੁੱਟ ਗਿਆ ਵੀਰੇ ਨਿਮੇ ਟਰੈਕਟਰ ਪਾਸੇ ਕਰ ਦਿਓ ਥੋੜਾ ਜਿਹਾ ਚਿੱਕੜ ਹੋ ਜਾਓ ਟਰੈਕਟਰ ਪਾਸੇ ਕਰ ਦੇ ਟਰੈਕਟਰ ਪਾਸੇ ਕਰਦੇ ਚਿੱਕੜ ਹੋ ਜਾਣਾ ਭਰਾ ਮੇਰੀ ਬੇਨਤੀ ਹੈ ਨਿਮਾ ਟਰੈਕਟਰ ਵੀਰੇ ਪਾਸੇ ਲੈ ਜਾ। ਕਾਕਾ ਖੱਡੜਾ ਕੈਨੇਡਾ ਉਹਨਾਂ ਵੱਲੋਂ 5000 ਤੇ ਦਲਵੀਰ ਹਟੇਟ ਸੰਗਰੂਰ ਵਾਲੇ ਵੱਲੋਂ ਵੀ ਸੱਤੂ ਦੇ ਲਈ 5000 ਪੁੱਜਿਆ ਹੈ। ਇਹ ਚੱਠਾ ਜੀ ਖੁਸ਼ੀ ਜੀ ਪੁੱਜਦਾ ਕਰ ਦੇਣਗੇ। ਮਨਪ੍ਰੀਤ ਸੁਨੇਹਰ ਜੋ ਟੂਰਨਾਮੈਂਟ ਵੀ ਕਰਵਾਉਂਦੇ ਆ ਆਪਣੇ ਪਿੰਡ ਦੇ ਵਿੱਚ ਉਹਨਾਂ ਵੱਲੋਂ ਵੀ 2100 ਪੁੱਜਿਆ। ਲੈ ਵੀ ਸੱਤੂ ਜਿਹੜੇ ਪੈਸੇ ਅਨਾਊਂਸ ਹੋ ਗਏ ਉਹ ਤੇਰੇ ਤੱਕ ਪੁੱਜ ਜਾਣਗੇ। ਕੁਝ ਅੱਜ ਜਿਹੜੇ ਵੀਰਾਂ ਨੇ ਅਨਾਊਂਸ ਕਰਾਤੇ ਉਹ ਤੇਰੇ ਤੱਕ ਪੁੱਜ ਜਾਣਗੇ। ਬਲਜਿੰਦਰਾ ਭਿੰਡਰ ਇੰਗਲੈਂਡ ਤੋਂ ਹੇਜ ਕਬੱਡੀ ਕਲੱਬ ਵਾਲਾ ਸਾਡਾ ਭਰਾ ਜਿਹਦੇ ਇਸ ਟੂਰਨਾਮੈਂਟ ਦੇ ਲਈ ਵੀ ਵੱਡੇ ਯੋਗਦਾਨ ਹੈ। ਬਲਜਿੰਦਰੇ ਭਿੰਡਰ ਵੱਲੋਂ 5000 ਰੁਪਇਆ ਸੱਤੂ ਦੇ ਲਈ 5000 ਰੁਪਇਆ ਬਲਜਿੰਦਰਾ ਭਿੰਡਰ ਇੰਗਲੈਂਡ ਦੀ ਹੇਜ ਕਬੱਡੀ ਕਲੱਬ ਵਾਲਾ 5000 ਉਹਨਾਂ ਵੱਲੋਂ ਪੁੱਜਿਆ। ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਜਿਹਨਾਂ ਨੇ ਮਾਇਆ ਦਿੱਤੀ ਹੈ ਸਾਡੇ ਦਰਮਿਆਨ। ਕਬੱਡੀ ਦਾ ਕਿੰਗ ਬੱਗੇ ਪਿੰਡ ਦਾ ਮੰਗੀ ਵੀ ਪੁੱਜਿਆ ਹੋਇਆ ਫੌਜੀ ਰੌਂਤੇ ਵਾਲੇ ਦਾ ਪੰਮੇ ਥਾਂਦੇ ਵਾਲੀ ਵਾਲੀਏ ਦਾ ਤੇ ਨਾਲ ਇੰਦਰ ਪੰਜ ਗਰਾਈ ਵਾਲੇ ਦਾ ਬਲਦੇਵ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜਿਹਨਾਂ ਦੀ ਭਰਮੀ ਹਾਜ਼ਰੀ ਹੈ ਪੁਰਾਣੇ ਸਤਾਰਾਂ ਦੀ ਤੇ ਕਬੱਡੀ ਦਾ ਕਿੰਗ ਕਹਿੰਦੇ ਭਰਮੀ ਹਾਜ਼ਰੀ ਦੇ ਰਿਹਾ ਅੱਜ ਦੇ ਇਸ ਕਬੱਡੀ ਕੱਪ ਦੇ। ਸੋਹਣ ਰੁੜਕੀ ਵੱਲੋਂ ਕਹਿੰਦੇ 1100 ਰੁਪਇਆ ਜਿਹੜਾ ਇਸ ਨੌਜਵਾਨ ਦੇ ਲਈ ਪੁੱਜਿਆ। ਸੋਹਣ ਰੁੜਕੀ ਕਬੱਡੀ ਸਟਾਰ ਉਹਦੇ ਵੱਲੋਂ 1100 ਰੁਪਇਆ।